ਬੀਤੇ ਦਿਨ ਨਾਭਾ ਦੀ ਨਵੀਂ ਜੇਲ੍ਹ 'ਚ ਬੰਦ ਬਰਗਾੜੀ ਕਾਂਡ ਦੇ ਮੁੱਖ ਦੋਸ਼ੀ ਅਤੇ ਡੇਰਾ ਸੱਚਾ ਸੌਦਾ ਪ੍ਰੇਮੀ ਮਹਿੰਦਰਪਾਲ ਬਿੱਟੂ ਤੇ ਹਮਲਾ ਕਰਨ ਵਾਲੇ ਜਿੰਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਪੜਗਾਣਾ ਦੇ ਨਿਵਾਸੀ ਮਨਿੰਦਰ ਸਿੰਘ ਦੇ ਪਰਿਵਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਥਾਂ ਥਾਂ ਤੇ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਪਿੰਡ ਪੜਗਾਣਾ ਪੁਲਿਸ ਛਾਉਣੀ ਵਿੱਚ ਤਬਦੀਲ ਹੋਇਆ ਲੱਗ ਰਿਹਾ ਹੈ। ਮਨਿੰਦਰ ਸਿੰਘ ਪਿਛਲੇ 4 ਸਾਲ ਤੋਂ ਇੱਕ ਕਤਲ ਮਾਮਲੇ 'ਚ ਜੇਲ੍ਹ 'ਚ ਬੰਦ ਹੈ। ਜਦੋਂ ਮੀਡੀਆ ਵੱਲੋਂ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਮਨਿੰਦਰ ਸਿੰਘ ਦੇ ਘਰ ਨੂੰ ਜਾਣ ਵਾਲੀ ਗਲੀ ਵਿੱਚ 3-4 ਪੁਲਿਸ ਦੀਆਂ ਗੱਡੀਆਂ ਖੜੀਆਂ ਸਨ ਤੇ ਮਨਿੰਦਰ ਸਿੰਘ ਦੇ ਘਰ ਅੱਗੇ ਵੀ ਪੁਲਿਸ ਵਾਲੇ ਤੈਨਾਤ ਸਨ। ਬਰਿੰਦਰ ਸਿੰਘ ਦੇ ਘਰ ਅੱਗੇ ਖਾਲੀ ਪਏ ਪਲਾਂਟ ਵਿੱਚ ਵੀ ਕਈ ਪੁਲਿਸ ਵਾਲੇ ਬੈਠੇ ਹੋਏ ਸਨ। ਮੇਰਾ ਨਾਮ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦਾ ਮੈਂ ਜਨਰਲ ਸੈਕਟਰੀ ਹਾਂ। ਮੇਰੇ ਨਾਲ PAC ਦੇ ਮੈਂਬਰ ਸਰ ਹਰਭਜਨ ਸਿੰਘ ਜੀ ਕਸ਼ਮੀਰੀ ਸਾਹਿਬ, ਅਮਲੋਹ ਤੋਂ ਇੰਚਾਰਜ ਸਰ ਰਖਵੀਰ ਸਿੰਘ ਜੀ ਸੰਪੀ ਸਾਹਿਬ, ਇਸ ਇਲਾਕੇ ਦੇ ਸਾਡੇ ਲੀਡਰ ਸਰ ਕੁਲਦੀਪ ਸਿੰਘ ਜੀ ਦਿਵਾਲੀ ਅਤੇ ਇਸ ਪਿੰਡ ਦਾ ਨੌਜਵਾਨ ਲਾਲੀ ਸਾਡੇ ਨਾਲ ਨੇ ਸਾਰੇ। ਅਤੇ ਜਿਵੇਂ ਕਿ ਆਪ ਜੀ ਨੇ ਵੀ ਅਤੇ ਅਸੀਂ ਵੀ ਸੋਸ਼ਲ ਮੀਡੀਆ ਰਾਹੀਂ ਰਾਤ ਨੂੰ ਦੇਖਿਆ ਅਤੇ ਸਵੇਰੇ ਅਖਬਾਰਾਂ ਰਾਹੀਂ ਪੜ੍ਹਿਆ ਕਿ ਕੱਲ੍ਹ ਨਾਭਾ ਜੇਲ੍ਹ ਦੇ ਵਿੱਚ ਜਿਹੜਾ ਇੰਸੀਡੈਂਟ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਨ ਦੇ ਦੋਸ਼ ਦੇ ਵਿੱਚ ਜਿਹੜਾ ਮਹਿੰਦਰਪਾਲ ਬਿੱਟੂ ਉੱਥੇ ਅੰਦਰ ਬੰਦ ਸੀ, ਉਹਨੂੰ ਮਤਲਬ ਕਿ ਸਜ਼ਾ ਸ਼ਾਇਦ ਕਾਨੂੰਨ ਨੇ ਤਾਂ ਸ਼ਾਇਦ ਦੇਣੀ ਸੀ ਜਾਂ ਨਹੀਂ ਦੇਣੀ ਸੀ, ਜੋ ਇਸ ਦੇਸ਼ ਦਾ ਵਰਤਾਰਾ ਹੈ, ਜੋ ਇਹਨਾਂ ਸਰਕਾਰਾਂ ਦਾ ਵਰਤਾਰਾ, ਇਹਦੇ ਬਾਰੇ ਨਾ ਮੈਂ ਕੁਛ ਕਹਿ ਸਕਦਾ ਨਾ ਹੋਰ ਕੋਈ ਇਸ ਵਕਤ ਕਹਿ ਸਕਦਾ, ਪਰ ਇਹ ਜ਼ਰੂਰ ਹੈ ਵੀ ਜਿਹੜਾ ਅਸੀਂ ਇੰਸੀਡੈਂਟ ਸੁਣਿਆ ਅਤੇ ਪੜ੍ਹਿਆ ਅਖਬਾਰਾਂ ਦੇ ਰਾਹੀਂ, ਉਹਦੇ ਵਿੱਚ ਜਿਹੜਾ ਭਾਈ ਮਨਿੰਦਰ ਸਿੰਘ ਜੀ ਨੇ, ਜਿਨ੍ਹਾਂ ਦਾ ਪਿੰਡ ਆ, ਜਿਨ੍ਹਾਂ ਦੇ ਘਰ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਮਿਲ ਕੇ ਆਏ ਹਾਂ, ਅਤੇ ਨਾਲ ਹੀ ਦੂਜਾ ਨੌਜਵਾਨ ਗੁਰਸੇਵਕ ਸਿੰਘ, ਉਹਨਾਂ ਦੋਹਾਂ ਨੇ ਜਿਹੜੀ ਸਜ਼ਾ ਉਹਨੂੰ ਦਿੱਤੀ ਹੈ ਮਹਿੰਦਰਪਾਲ ਬਿੱਟੂ ਨੂੰ, ਸਾਡੇ ਹਿਸਾਬ ਨਾਲ ਉਹ ਬਣਦੀ ਸੀ। ਜਿਵੇਂ ਕਿ ਸਿੱਖਾਂ ਦਾ ਇਤਿਹਾਸ ਹੈ ਕਿ ਉਹ ਇੰਨੇ ਵੱਡੇ ਕੰਮ ਕਰਨ ਵਾਲੇ ਨੂੰ, ਚਾਹੇ ਉਹ ਇੰਦਰਾ ਗਾਂਧੀ ਹੋਵੇ, ਚਾਹੇ ਉਹ ਵੈਦਿਆ ਹੋਵੇ, ਚਾਹੇ ਉਹ ਨਿਰੰਕਾਰੀ ਬਾਬਾ ਹੋਵੇ, ਚਾਹੇ ਆਪਣਾ ਹੋਰ ਉਸ ਤੋਂ ਪਹਿਲਾਂ ਪੂਲਾ ਨਿਹੰਗ ਹੋਵੇ, ਅਤੇ ਜਿਵੇਂ ਅੱਜ ਇਹ ਮਹਿੰਦਰਪਾਲ ਬਿੱਟੂ ਸੀ, ਇਹ ਇੱਕ ਸਾਡੇ ਇਤਿਹਾਸ ਦੀ ਲੜੀ ਹੈ। ਜੇ ਇਹਦਾ ਪਿਛੋਕੜ ਦੇਖਣਾ ਹੋਵੇ ਸੁੱਖਾ ਸਿੰਘ ਮਹਿਤਾਬ ਸਿੰਘ ਤੋਂ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਬੇਅਦਬੀ ਕਰ ਰਿਹਾ ਸੀਗਾ ਸਿਧਾਂਤ ਦੀ ਮੱਸਾ ਰੰਗੜ, ਤਾਂ ਉਦੋਂ ਵੀ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਉਹਦਾ ਸੋਧਾ ਲਾਇਆ ਸੀ। ਉਸ ਤਰ੍ਹਾਂ ਦਾ ਸੋਧਾ ਇਹ ਕੱਲ੍ਹ ਲੱਗਿਆ, ਇਤਿਹਾਸਕ ਤੌਰ 'ਤੇ ਇਹਨੂੰ ਅਸੀਂ ਗਲਤ ਨਹੀਂ ਕਹਿ ਸਕਦੇ। ਬਾਕੀ ਕਾਨੂੰਨ ਜੋ ਦੇਖੇਗਾ ਜੋ ਕਰੇਗਾ ਉਹਦੇ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਮੈਂ ਇਹ ਸਮਝਦਾ ਕਿ ਕਾਨੂੰਨ ਆਪਣੀ ਪ੍ਰਕਿਰਿਆ ਆਪਣੇ ਹਿਸਾਬ ਮੁਤਾਬਕ ਕਰੂਗਾ, ਪਰ ਜੋ ਨੌਜਵਾਨਾਂ ਨੇ ਕੀਤਾ, ਅਸੀਂ ਉਹਨਾਂ ਦੇ ਪੇਰੈਂਟਸ ਨੂੰ ਹਾਲ ਚਾਲ ਪੁੱਛਣਾ ਸਾਡਾ ਫਰਜ਼ ਸੀ, ਇੱਕ ਪਾਰਟੀ ਦੇ ਤੌਰ 'ਤੇ, ਇੱਕ ਸਿੱਖ ਔਰਗਨਾਈਜੇਸ਼ਨ ਦੇ ਹੋਣ ਦੇ ਨਾਤੇ ਅਸੀਂ ਉਹਨਾਂ ਦਾ ਹਾਲ ਚਾਲ ਪੁੱਛਿਆ। ਉਹ ਕਹਿੰਦੇ ਨੇ ਕਿ ਅਸੀਂ ਬਿਲਕੁਲ ਠੀਕ ਹਾਂ। ਤਰੀਕੇ ਭੇਜਤਾ ਦਾ ਜੀ, ਉਹ ਧਰਤੀਆਂ ਦੀ ਤਰੀਕੇ ਭੇਜਦਾ ਸਾਨੂੰ ਬਹੁਤ ਭੇਜਦਾ ਵੀ ਤੁਸੀਂ ਸਾਰੇ, ਮੈਂ ਵੀ ਜਿੰਨੇ ਵੀ ਗਲੀ ਮਹੱਲਾ ਵੀ ਹੈਗਾ ਵੀ ਗੁਰਸਿੱਖੀ ਨਾਲ ਲੱਗੋ ਜੀ, ਗੁਰੂ ਗ੍ਰੰਥ ਸਾਹਿਬ ਨੂੰ ਮਾੜਾ ਨਹੀਂ ਕਹਿਣਾ ਦੇਣਾ, ਵੀ ਕੋਈ ਵੀ ਜਿਹੜਾ ਮਾੜਾ ਕਹੂੰਗਾ ਉਹਦਾ ਇਹੀ ਹਾਲ ਹੋਊਗਾ। ਸਵੇਰੇ ਮਾਤਾ ਜੀ ਤੁਸੀਂ ਕਹਿੰਦੇ ਸੀ ਕੋਈ ਗੱਲਬਾਤ ਨਹੀਂ, ਅਸੀਂ ਵੀਡੀਓ ਚੱਲ ਰਹੀ ਸੀ ਤੁਹਾਡੀ ਇੱਕ, ਜਿਹਦੇ ਵਿੱਚ ਤੁਸੀਂ ਕਹਿੰਦੇ ਸੀ ਕੁਝ। ਹਾਂ ਮੈਂ ਤੁਹਾਨੂੰ ਦੱਸਿਆ ਰਹਿੰਦਾ ਵੀ ਸਾਨੂੰ, ਤੁਸੀਂ ਸਾਨੂੰ ਆਹੀ ਪੁੱਛਦੇ ਤੇ ਵੀ ਹਾਂ ਕਿਆ ਗੱਲ ਹੋਈ ਕਿਆ ਨਹੀਂ, ਅਸੀਂ ਤੁਹਾਨੂੰ ਦੱਸਿਆ ਵੀ ਕੋਈ ਇਹੀ, ਸਾਨੂੰ ਕੁਝ ਪਤਾ ਨਹੀਂ ਹੈਗਾ ਬੇਅਦਬੀ ਦੇ ਦੋਸ਼ ਦੇ ਵਿੱਚ ਉਹਨੇ ਜੋ ਵੀ ਕੀਤਾ ਤੁਹਾਨੂੰ ਲੱਗਦਾ? ਸਾਨੂੰ ਹੁਣ ਜਦ ਪਤਾ ਹੀ ਨਹੀਂ ਹੈਗਾ ਅਸੀਂ ਕਿਆ ਕੋਲ ਤੇ ਹੋਏ, ਅਸੀਂ ਤਾਂ ਤੁਹਾਨੂੰ ਤਾਂ ਕੋਈ ਜਵਾਬ ਦਈਏ ਗੱਲ ਦਾ ਕਿ ਸਾਨੂੰ ਕੁਝ ਪਤਾ ਹੋਵੇ ਅਸੀਂ ਉਹਦੇ ਕੋਲ ਹੋਈਏ ਜੀ। ਠੀਕ ਹੈ, ਠੀਕ ਹੈ ਜੀ।